ਇਹ ਇੱਕ ਅਦਭੁਤ ਖਿਡੌਣਾ ਹੈ ਜੋ ਕਿ ਦੁਰਗਾ ਜੇਟਲੀ ਇੱਕ ਸਕੂਲ ਦੇ ਵਿਦਿਆਰਥੀ ਦੁਆਰਾ ਤਿਆਰ ਕੀਤਾ ਗਿਆ ਹੈ। ਤੁਹਾਨੂੰ ਇਸ ਲਈ ਬੋਤਲ ਦਾ ਢੱਕਣ ਜਿਸ ਵਿੱਚ ਗਲੀ ਕਰਕੇ ਇੱਕ ਸਫੈਦ ਸਟ੍ਰਾਅ ਪਾਈ ਹੋਵੇ, ਇੱਕ ਕਾਰਡ ਸ਼ੀਟ ਟਰਬਾਈਨ ਨੂੰ ਦਿਖਾਏ ਅਨੁਸਾਰ ਲਗਾ ਦਿਓ। ਜੇਕਰ ਤੁਸੀਂ ਢੱਕਣ ਦੇ ਪਿੱਛੋਂ ਹਵਾ ਮਾਰੋ ਤਾਂ ਟਰਬਾਈਨ ਆਰਾਮ ਨਾਲ ਘੁੰਮੇਗੀ। ਹੁਣ ਤੁਸੀਂ ਢੱਕਣ ਨੂੰ ਬੋਤਲ ਨਾਲ ਲਗਾ ਦਿਓ। ਇਹ ਪੂਰੀ ਅਸੈਂਬਲੀ ਹੈ। ਬੋਤਲ ਨੂੰ ਸਿੱਧਾ ਖੜਾ ਕਰਕੇ ਨੀਚੋਂ ਲਗਾਤਾਰ ਦਬਾਓ। ਸਟ੍ਰਾਅ ਵਿੱਚੋਂ ਹਵਾ ਨਿਕਲੇਗੀ ਤੇ ਉਹ ਟਰਬਾਈਨ ਨੂੰ ਘੁਮਾਵੇਗੀ। ਇਹ ਬਹੁਤ ਮਜ਼ੇਦਾਰ ਖੇਡ ਹੈ। ਹੁਣ ਤੁਸੀਂ ਬੋਤਲ ਦਾ ਤੱਲਾ ਕੱਟ ਦਿਓ। ਹੁਣ ਇੱਕ ਵੱਡੀ ਬੋਤਲ ਦਾ ਮੂੰਹ ਕੱਟ ਕੇ ਜਿਸ ਵਿੱਚ ਪਹਿਲਾਂ ਪਾਣੀ ਹੋਵੇ ਉਸ ਵਿੱਚ ਇਹ ਕੱਟੀ ਹੋਈ ਬੋਤਲ ਪਾਓ ਤੇ ਉੱਪਰ ਨੀਚੇ ਕਰੋ। ਉਸ ਦੇ ਨਾਲ ਟਰਬਾਈਨ ਘੁੰਮਣ ਲੱਗ ਜਾਵੇਗੀ। ਜਦੋਂ ਤੁਸੀਂ ਇਸ ਨੂੰ ਛੱਡ ਦਿਓਗੇ ਤਾਂ ਹਵਾ ਬਾਹਰ ਨਿਕਲੇਗੀ ਤੇ ਬੋਤਲ ਵਿੱਚ ਡੁੱਬ ਜਾਵੇਗੀ ਤੇ ਟਰਬਾਈਨ ਵੀ ਘੁੰਮੇਗੀ।